ਸਤਿ ਸ਼੍ਰੀ ਅਕਾਲ ਜੀ, ਦੈਨਿਕ ਸਵੇਰਾ ਟੀਵੀ ਦੇਖ ਰਹੇ ਹੋ ਤੁਸੀਂ, ਮੈਂ ਹਾਂ ਵਿਨੀਤ ਕਪੂਰ। ਅੱਜ ਜਿਸ ਢੰਗ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਵਰਕਿੰਗ ਕਮੇਟੀ ਦੀ ਮੀਟਿੰਗ ਹੈ, ਲਗਾਤਾਰ ਅਹੁਦੇਦਾਰ ਇੱਥੇ ਪਹੁੰਚਦੇ ਨਜ਼ਰ ਆ ਰਹੇ। ਲੰਗੋ ਸਾਹਿਬ, ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਅੱਜ ਦੀ ਜਿਹੜੀ ਆਹ ਬੈਠਕ ਹੈ, ਔਰ ਜਿਸ ਢੰਗ ਦੇ ਨਾਲ ਕੱਲ੍ਹ ਜਲੰਧਰ ਦੇ ਵਿੱਚ ਇੱਕ ਬਾਗੀ ਧੜਾ ਖੜਾ ਹੁੰਦਾ ਨਜ਼ਰ ਆਇਆ, ਜਿਹੜਾ ਕਹਿੰਦਾ ਨਜ਼ਰ ਆਇਆ ਕਿ ਹੁਣ ਸੁਖਬੀਰ ਸਿੰਘ ਬਾਦਲ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ, ਕਿਸੇ ਹੋਰ ਨੂੰ ਪ੍ਰਧਾਨ ਲਾਓ? ਦੇਖੋ, ਬਹੁਤ ਹੀ ਮੈਂ ਸਮਝਦਾ ਇਹ ਸਿੱਖ ਪੰਥ ਲਈ ਅਫਸੋਸ ਦੀ ਗੱਲ ਹੈ ਕਿ ਜਿਸ ਤਰ੍ਹਾਂ ਸਾਡੇ ਵਿੱਚੋਂ ਕੁਝ ਬੰਦੇ ਜਿਹੜੇ ਵੱਖਰੇ ਚਲੇ ਗਏ, ਕੱਲ੍ਹ ਉਹਨਾਂ ਮੀਟਿੰਗ ਕੀਤੀ ਹੈ, ਸੋ ਇਹ ਹੋਣਾ ਨਹੀਂ ਚਾਹੀਦਾ ਸੀ। ਆਪਣੀ ਪਾਰਟੀ ਦੇ ਵਿੱਚ ਬੈਠ ਕੇ ਆਪਣੀ ਗੱਲ ਕਰਨੀ ਚਾਹੀਦੀ ਸੀ, ਸੋ ਇਸ ਕਰਕੇ ਪਾਰਟੀ ਕਮਜ਼ੋਰ ਹੁੰਦੀ ਹੈ। ਪਾਰਟੀ ਨੂੰ ਤਕੜਾ ਕਰਨ ਵਾਸਤੇ ਪਾਰਟੀ ਵਿੱਚ ਹੀ ਰਹਿ ਕੇ ਉਹਨਾਂ ਨੂੰ ਗੱਲਾਂ ਆਪਣੀ ਕਰਨੀ ਚਾਹੀਦੀ ਸੀ, ਆਪਣੀ ਸੋਚ ਦੱਸਣੀ ਚਾਹੀਦੀ ਸੀ। ਸੋ ਮੈਂ ਸਮਝਦਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ ਜੀ, ਅੱਜ ਇਹਨਾਂ ਨੇ ਵਰਕ ਕਮੇਟੀ ਦੀ ਮੀਟਿੰਗ ਕੀਤੀ ਹੈ, ਕੱਲ੍ਹ ਹੀ ਬਹੁਤ ਵਿਸਥਾਰ ਡਿਸਕਸ ਹੋਈ ਹੈ, ਅੱਜ ਵੀ ਹੋਣੀ ਹੈ ਸਾਰੀ, ਕਿ ਪਾਰਟੀ ਕਿਉਂ ਇੰਨੀ ਕਮਜ਼ੋਰ ਹੋ ਗਈ, ਕਿਉਂ ਇੰਨੀ ਹਾਰਾਂ ਹੋਈਆਂ, ਉਹਦੇ 'ਤੇ ਅਸੀਂ ਮੰਥਨ ਆਉਣ ਸਮੇਂ ਕਰਾਂਗੇ, ਹੇਠੇ ਪੱਧਰ 'ਤੇ ਜਾ ਕੇ ਜਿਹੜਾ ਇਹਨੂੰ ਵਿਚਾਰਾਂਗੇ, ਤਾਂ ਕਿ ਲੋਕ ਜਿਹੜੇ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਸਕਣ। ਲੇਕਿਨ ਤੁਸੀਂ ਮੰਥਨ ਦੀ ਗੱਲ ਕਰ ਰਹੇ ਹੋ, ਜਿਹੜੇ ਪੁਰਾਣੇ ਲੀਡਰ ਨਾਲ ਤੁਰਦੇ ਸੀ ਉਹ ਕਹਿੰਦੇ ਕਿ ਇਨ ਹਾਰਾਂ ਲਈ ਸੁਖਬੀਰ ਸਿੰਘ ਬਾਦਲ ਔਰ ਜਿਸ ਸਮਾਂ ਸਰਕਾਰ ਸੀ ਸ਼੍ਰੋਮਣੀ ਅਕਾਲੀ ਦਲ BJP ਦੀ, ਉਸ ਸਮਾਂ ਲਿੱਤੇ ਜਿਹੜੇ ਫੈਸਲੇ ਸੀ, ਚਾਹੇ ਬਰਗਾੜੀ ਦੀ ਗੱਲ ਕਰੀਏ, ਚਾਹੇ ਸੋਦਾ ਸਾਧ ਨੂੰ ਮਾਫ਼ੀ ਮੰਗਾਉਣ ਦੀ ਮਸਲੇ ਦੀ ਗੱਲ ਕਰੀਏ ਜਾਂ ਹੋਰ ਮਸਲਿਆਂ ਦੀ ਗੱਲ ਕਰੀਏ, ਉਸ ਕਰਕੇ ਪਾਰਟੀ ਕਹਿੰਦੇ ਕਮਜ਼ੋਰ ਹੋਈ ਔਰ 2017 ਤੋਂ ਲਗਾਤਾਰ ਹਾਰ ਹੋ ਗਈ। ਸੋ ਇਹ ਸਾਰੀਆਂ ਗੱਲਾਂ ਪਾਰਟੀ ਵਿੱਚ ਬੈਠ ਕੇ ਕਰਨੀਆਂ ਚਾਹੀਦੀਆਂ ਨੇ, ਤੋ ਪਾਰਟੀ ਤੋਂ ਵੱਖਰਾ ਹੋ ਕੇ ਵੱਖਰਾ ਆਪਣਾ ਧੜਾ ਕਾਇਮ ਕਰਕੇ, ਔਰ ਪਾਰਟੀ ਨੂੰ ਕਮਜ਼ੋਰ ਜਿਹੜਾ ਇਹਦੇ ਨਾਲ ਪਾਰਟੀ ਕਮਜ਼ੋਰ ਹੁੰਦੀ ਹੈ। ਸੋ ਮੈਂ ਤਾਂ ਇਹ ਚਾਹੁੰਦਾ ਨਾ, ਪਾਰਟੀ ਨੂੰ ਕਮਜ਼ੋਰ ਨਹੀਂ ਕਰਨਾ ਚਾਹੀਦਾ, ਪਾਰਟੀ ਦੇ ਵਿੱਚ ਬੈਠ ਕੇ ਜੇ ਕੋਈ ਆਪਣੀ ਗੱਲ ਹੁਣ ਅੱਡ ਹੋ ਗਏ, ਹੁਣ ਆਪਸ਼ਨ ਕੀ ਹੈ ਪਾਰਟੀ? ਤੋ ਅੱਜ ਹੀ ਮੈਂ ਕਹਾਂਗਾ ਕਿ ਉਹ ਪਾਰਟੀ ਨੂੰ ਤਕੜਾ ਕਰਨ ਔਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆ ਕੇ ਹੀ ਆਪਣਾ ਹੀ ਗੱਲ ਕਰਨ। ਆਤਮ ਚਿੰਤਨ ਉਹਨਾਂ ਦਾ ਆਪਣੇ ਅੰਦਰ ਦੀ ਆਵਾਜ਼ ਦੇ ਬਾਅਦ ਹੋਇਆ, ਜਾਂ ਇਸ ਦੇ ਪਿੱਛੇ ਤੁਸੀਂ ਮੰਨਦੇ ਹੋ ਕਿ ਕਿਸੇ ਏਜੰਸੀ ਜਾਂ ਫਿਰ ਕਿਸੇ ਪਾਰਟੀ ਦੀ ਸ਼ਾਇਦ ਉੱਪਰ ਮੀਟਿੰਗਾਂ ਹੋ ਰਹੀਆਂ? ਦੇਖੋ, ਹੋ ਸਕਦਾ ਦੂਜੀਆਂ ਪਾਰਟੀਆਂ ਦਾ ਹਮੇਸ਼ਾ ਚਾਹੁੰਦੀਆਂ ਨੇ ਕਿ ਅਕਾਲੀ ਦਲ ਨੂੰ ਦੁਫਾੜ ਕਰੀਏ, ਉਹਨਾਂ ਦੀ ਹਮੇਸ਼ਾ ਹੀ ਸੋਚ ਰਹਿੰਦੀ ਹੈ, ਜਿਹੜੀ ਸਾਡੀਆਂ ਵਿਰੋਧੀ ਪਾਰਟੀਆਂ ਨੇ ਅਕਾਲੀ ਦਲ ਨੂੰ ਕਮਜ਼ੋਰ ਕਰਨ 'ਤੇ ਲੱਗੀਆਂ ਰਹਿੰਦੀਆਂ ਨੇ, ਸੋ ਉਹਨਾਂ ਦੀ ਸਾਚ ਨੂੰ ਸਾਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ ਹੈ। ਬਿਲਕੁਲ, ਦੇਖੋ ਸਿੱਧੇ ਤੌਰ 'ਤੇ ਇਹ ਵੀ ਸਾਜਿਸ਼ ਕਰਾਰ ਦਿੰਦੇ ਨੇ, ਸਪਸ਼ਟ ਲਫ਼ਜ਼ਾਂ ਦੇ ਵਿੱਚ ਕਹਿੰਦੇ ਨੇ ਕਿ ਜਿਹੜੀ ਵਿਰੋਧੀ ਪਾਰਟੀਆਂ ਨੇ ਉਹਨਾਂ ਦੀ ਸਾਜਿਸ਼ ਨੂੰ ਸਾਰਿਆਂ ਨੂੰ ਸਮਝਣਾ ਚਾਹੀਦਾ, ਇੱਥੇ ਜਿਹੜੀ ਗੱਲ ਕਰਨੀ ਹੈ ਪਾਰਟੀ ਪਲੇਟਫਾਰਮ 'ਤੇ ਬਹਿ ਕੇ ਕਰਨ, ਇਸ ਤਰ੍ਹਾਂ ਓਪਨਲੀ ਗੱਲ ਕਰਨ ਦਾ ਕੋਈ ਫਾਇਦਾ ਨਹੀਂ ਹੈ। ਕੈਮਰਾ ਪਰਸਨ ਗਣੇਸ਼ ਦੇ ਨਾਲ ਵਿਨੀਤ ਕਪੂਰ, ਦੈਨਿਕ ਸਵੇਰਾ TV, ਚੰਡੀਗੜ੍ਹ। देश दुनिया की हर खबर सबसे पहले देखने के लिए फॉलो करें दैनिक सवेरा TV, YouTube, Facebook, Instagram, X और WhatsApp चैनल पर।